ਅਲੈਕੁਮ ਯਾਰੋ, ਕਿੱਦਾਂ ਭਰਾਵੋ? ਮੈਂ ਸੁਣਿਆ ਯਾਰ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕਰਦੇ, ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਯਾਰ। ਤੁਹਾਡੇ ਲਈ ਇਹ ਵੀਡੀਓ ਬਣਾਈ ਸੀ, ਇੰਨੀ ਗਰਮੀ 'ਚ ਦੇਖ ਲਓ, ਟਾਈਮ ਪਾਸ ਕਰ ਲਿਆ ਕਰੋ ਬਸ, ਸਾਡੀ ਵੀਡੀਓ ਵੇਖ ਕੇ ਆਹੀ ਕਰੀਦਾ ਬੰਦਾ। ਠੀਕ ਹੈ ਨਾ, ਅੱਜ ਅਸੀਂ ਆਏ ਹਾਂ ਆਪਣੀ ਬਚਪਨ ਦੀ ਜਗ੍ਹਾ ਜਿੱਥੇ ਨਾ ਅਸੀਂ ਬਹੁਤ ਖੇਡੇ ਹਾਂ, ਬਹੁਤ ਮਜ਼ਾ ਆਉਂਦਾ ਜੀ ਸਾਨੂੰ। ਅਸੀਂ ਇਸ 'ਤੇ ਖੇਡਦੇ ਹੁੰਦੇ ਲੋ ਜੀ, ਤੁਹਾਨੂੰ ਅਸੀਂ ਜਗ੍ਹਾ ਦਿਖਾ ਰਹੇ ਹਾਂ, ਠੀਕ ਆ, ਅਤੇ ਨੇ ਜਿੱਥੇ ਅਸੀਂ ਖੇਡਦੇ ਹੁੰਦੇ ਸੀ ਬਚਪਨ 'ਚ। ਇੱਥੇ ਪਹਿਲੇ ਮਿੱਟੀ ਹੁੰਦੀ ਸੀ, ਗੁੱਲੀ ਡੰਡਾ ਖੇਲੀਦਾ ਸੀਗਾ। ਹਾਂਜੀ, ਬਹੁਤ ਮਜ਼ਾ ਆਈਦਾ ਇੱਥੇ, ਅਸੀਂ ਟੋਏ ਕਰਨੇ ਐਸੇ ਲੱਗਣਾ, ਬਹੁਤ ਮਜ਼ਾ ਆਉਂਦਾ। ਇਹ ਵੇਖੋ, ਇਹ ਵੀ ਬਚਪਨ ਆਈਏ ਸਾਡਾ ਇੱਦਾਂ ਦਾ, ਠੀਕ ਹੈ। ਇਹ ਉਹ ਪੈਲੀਆ ਜਿੱਥੇ ਕਬੱਡੀਆਂ ਖੇਡੀ ਦੀਆਂ ਸੀ, ਠੀਕ ਹੈ। ਹੁਣ ਇੱਥੇ ਮਕਾਨ ਬਣ ਗਏ ਨੇ, ਮਤਲਬ ਕਿ ਉਹ ਨੀ ਜਗ੍ਹਾ ਨੀ ਰਹੀ ਹੈ ਜਿੱਦਾਂ ਦੀ ਪਹਿਲੇ ਸੀ, ਹੁਣ ਸਾਡਾ ਬਚਪਨਾ ਨੀ ਰਿਹਾ, ਠੀਕ ਹੈ। ਫਿਰ ਬਚਪਨਾ ਹੀ ਹੁੰਦਾ। ਹਾਂਜੀ, ਇਹ ਉਹ ਜਗ੍ਹਾ ਯਾਰ, ਇੱਥੇ ਵੀ ਪੈਲੀਆਂ ਹੁੰਦੀ ਸੀ, ਇੱਥੇ ਉਹ ਬਣ ਗਈਆਂ ਫੈਕਟਰੀਆਂ, ਮੈਚ ਹੁੰਦਾ ਸੀ ਉੱਥੇ, ਉਹ ਜਿੱਥੋਂ ਜਾਲ ਲੱਗ ਰਹੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਠੀਕ। ਉੱਥੇ ਹੀ ਫੈਕਟਰੀ ਬਣ ਗਈ ਹੈ ਮਿਰਚਾਂ ਮਸਾਲੇ ਵਾਲੀ, ਪਾਪੜਾਂ ਵਾਲੀ, ਮਤਲਬ ਕਿ ਨਾ ਬਹੁਤ ਅੱਛਾ ਸਾਡਾ ਟਾਈਮ ਗੁਜ਼ਰਿਆ ਇੱਧਰ। ਹਲੇ ਵੀ ਸਰਦੀਆਂ ਨੂੰ ਅਸੀਂ ਗੁੱਲੀ ਡੰਡਾ ਖੇਲਣ ਆਉਂਦੇ ਹਾਂ। ਹਾਂਜੀ, ਤੁਹਾਨੂੰ ਉਹ ਵੇਖੋ, ਤੁਹਾਨੂੰ ਆਰਾਮ ਨਜ਼ਰ ਆ, ਉੱਥੇ ਲੈ ਕੇ ਜਾਂਦੇ ਆ, ਤੁਹਾਨੂੰ ਆਰਾਮ ਨਜ਼ਰ ਆ ਰਹੀ ਨੇ। ਨਹੀਂ, ਫਿਰ ਇੱਕ ਤੁਹਾਨੂੰ ਦਰਬਾਰ ਦਿਖਾਉਂਦੇ ਹਾਂ ਜਿੱਥੇ ਸਾਡਾ, ਜਿੱਥੇ ਸਾਡਾ ਸਹੀ ਬਚਪਨਾ ਗੁਜ਼ਰਿਆ। ਹਾਂਜੀ ਗਾਈ, ਜੇ ਉਹ ਦਰਬਾਰ ਹੈ ਜਾਂ ਫਿਰ ਮੇਲਾ ਲੱਗਦਾ ਤਾ ਬਾਬੇ ਰਮਦਾਨ ਸ਼ਾਹ ਦਾ, ਅਸੀਂ ਇੱਥੇ ਆਈਦਾ ਸੀ ਯਾਰ, ਇੱਥੇ ਮਤਲਬ ਕਿ ਇੱਥੇ ਝੂਲੇ ਲੱਗਦੇ ਸੀਗੇ, ਠੀਕ ਹੈ। ਜਿੱਥੇ ਰੂੜੀ ਪਈ ਹੈ। ਹਾਂਜੀ, ਹੁਣ ਦੇਖੋ ਜਗ੍ਹਾ ਦਾ ਕੀ, ਹੁਣ ਤੇ ਹੋਏ ਕੋ ਨਸ਼ਈਏ ਘੁੰਮਣ ਦੇ ਇਦਾਂ ਦੇ। ਸਾਡੇ ਕੱਦ ਕਾਰ ਵੇਖ ਲਓ, ਇਸ ਟਾਈਮ ਮੇਰੀ ਏਜ 15 ਸਾਲ ਆ, ਉਹਦੇ ਐਡਾ ਘੁੰਮਦਾ ਸੀ ਮੈਂ। ਹਾਂਜੀ ਗਾਇਸ ਜਿੱਦਾਂ ਦੇ ਤੁਸੀਂ ਦੇਖ ਲਿਆ ਸਾਨੂੰ ਬਚਪਨ ਦੀ ਜਗ੍ਹਾ ਵੀ ਦਿਖਾ ਲਈ ਆ ਆਪਣੀਆਂ ਪਹਿਲੀਆਂ ਵੀ ਦਿਖਾਤੀਆਂ ਵਾ ਤੇ ਕਿੱਦਾਂ ਐਡੀ ਮਿਹਨਤ ਨਾਲ ਵੀਡੀਓ ਸ਼ੂਟ ਕਰਦੇ ਤੁਸੀਂ, ਸਬਸਕ੍ਰਾਈਬ ਨਹੀਂ ਕਰਦੇ ਐ ਚੈਨਲ ਨੂੰ ਤੇ ਪਲੀਜ਼ ਸਪੋ
ਇੱਥੇ ਜਿਹੜੀਆਂ ਪਾਲਕ ਉਗਦੀਆਂ ਸੀ ਨਾ ਜਾਂ ਕੋਈ ਵੀ ਫਸਲ ਉਗਦੀ ਸੀ ਤੁਸੀਂ ਦੇਖ ਸਕਦੇ ਹੋ ਹਲੇ ਵੀ ਫਸਲਾਂ ਉਗਾ ਰਹੇ ਨੇ ਪਾਲਕ ਪਹਿਲੇ ਤੇ ਸਾਰੀ ਮਿੱਟੀ ਹੁੰਦੀ ਸੀਗੀ ਕੋਈ ਕੋਈ ਫਸਲ ਉਗਦੀ ਸੀ ਕਿਤੇ ਕੋਈ ਕੋਈ ਜਗ੍ਹਾ ਤੇ ਅਸੀਂ ਯਾਰ ਮਤਲਬ ਕਹਿੰਦਾ ਛੋਟੇ ਹੁੰਦੇ ਸੀ ਉਦੋਂ ਬੜਾ ਅਸੀਂ ਖੇਲੀ ਦਾ ਸੀ ਅਸੀਂ ਜਦੋਂ ਕੋਈ ਵੀ ਪਾਲਕ ਉਗਨੀ ਨਾ ਜਾਂ ਕੋਈ ਸ਼ੈ ਉਗਨੀ ਸੀ ਉਹਨੂੰ ਥੋੜਾ ਤਹਿਸ ਨਹਿਸ ਕਰਦੇ ਸੀਗਾ ਜਿਹੜਾ ਉਹਦਾ ਮਾਲਕ ਹੁੰਦਾ ਸੀ ਸਾਗੋ ਭੱਜ ਜਾਂਦਾ ਸੀ ਘਰ ਭੱਜਦੇ ਸੀ ਹੁਣ ਸਾਡਾ ਅਗਲਾ ਵਲੋਗ ਹੈਗਾ ਸਰਦੀਆਂ ਚ ਮਤਲਬ ਇਹ ਨੀ ਕਿ ਸਰਦੀਆਂ ਚ ਹੀ ਆਊਗਾ ਜ਼ਰੂਰ ਮਤਲਬ ਇੱਕ ਸਰਦੀਆਂ ਚ ਵਲੋਗ ਆਊਗਾ ਤੁਹਾਨੂੰ ਇਸੇ ਕਰਾਵਾਂਗੇ ਠੀਕ ਹੈ ਨਾ ਕੁੱਤੇ ਵੀ ਬਹੁਤ ਪਏ ਸਾਨੂੰ ਨਿੱਕੇ ਹੁੰਦੇ ਹਾਂ ਯਾਰ ਕੁੱਤਿਆਂ ਦਾ ਤੇ ਅਸੀਂ ਦੱਸੇ ਨੀ ਤੁਹਾਨੂੰ ਕੁੱਤਿਆਂ ਦਾ ਸੀ ਅਸੀਂ ਮਾੜੀਦਾ ਸੀ ਉਹਨਾਂ ਨੂੰ ਬੜਾ ਇੰਜੋਏ ਕੀਤਾ ਹੁਣ ਅਸੀਂ ਖਲੋ ਕੇ ਗੁੱਡੇ ਢਾਏ ਦਿੰਦੇ ਸੀ ਅਸੀਂ ਬਸ ਪੜ੍ਹਾਈ ਦੇ ਆੜੇ ਲੱਗ ਗਏ ਆ ਹੁਣ ਕੀ ਕਰ ਸਕਦੇ ਆ ਇਹ ਮੇਰਾ ਫਸਟ ਵਲੌਗ ਹੈ ਤੇ ਠੀਕ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਵਾ ਤੇ ਸਭ ਭਾਈਆਂ ਨੂੰ ਜਾ ਕੇ ਯੂਟਿਊਬ ਤੇ ਟੱਲੀ ਵਜਾ ਦੇਣੀ ਹੈ ਹਾਂਜੀ ਉਸਤਾਦ ਦੀ ਸਾਡੀ ਰਿਹਾਇਸ਼ ਹੈ ਫੈਸਲਾਬਾਦ ਦਾ ਖਵਾਨਾ ਬਾ ਬੇਰੀਆਂ ਵਾਲਾ ਮਹੱਲਾ ਤੇ ਤੁਹਾਨੂੰ ਅਸੀਂ ਦਿਖਾ ਰਹੇ ਆਪਣਾ ਘਰ ਦਿਖਾਉਂਦੇ ਹਾਂ ਕਿੱਦਾਂ ਦਾ ਵਾ ਠੀਕ ਹੈ ਦੇਖੋ ਬੱਕਰੀਆਂ ਜਾਂਦੇ ਬੱਕਰੀਆਂ ਉਹ ਸਾਡੇ ਬਾਬੇ ਅੱਛੇ ਨੇ ਰੱਖੀਆਂ ਨੇ ਲੋ ਉਸਤਾਦ ਜੀ ਸਾਡੀ ਗਲੀ ਆ ਗਈ ਇਹ ਉਹ ਗਲੀ ਹੈ ਜਿੱਥੇ ਅਸੀਂ ਬਚਪਨ ਗੁਜ਼ਾਰੇ ਹਾਂ ਮਤਲਬ ਕਿ ਹਲੇ ਵੀ ਸੀ ਇਸ ਘਰ 'ਚ ਹਲੇ ਵੀ ਅਸੀਂ ਇਸ ਗਲੀ 'ਚ ਹੀ ਰਹਿ ਰਹੇ ਹਾਂ ਹਲੇ ਤੱਕ ਸ਼ੁਕਰ ਅੱਲਾ ਦਾ ਆਪਣਾ ਮਕਾਨ ਇੱਕੋ ਸਟੋਰ ਚ ਹੈਗੀ ਇਹ ਦੇਖ ਸਕਦੇ ਹੋ ਇਹਨਾਂ ਦਾ ਪੜ ਉੱਚਾ ਹੈਗਾ ਥੋੜਾ ਸਾਡਾ ਇੱਕੋ ਜੈਸਾ ਮਕਾਨ ਆ ਮਸਲਨ ਕੇ ਜਦੋਂ ਵੀ ਇੱਥੇ ਬਾਰਿਸ਼ ਹੁੰਦੀ ਸੀ ਨਾ ਅਸੀਂ ਪਾਣੀ ਵਾਲੇ ਛਾਪਰ ਫੜ ਕੇ ਇੱਕ ਦੂਜੇ ਦੇ ਮਾੜੀ ਦਿੰਦੇ ਹਾਂ ਇੱਥੇ ਲੇਕੋ ਉੱਥੇ ਪਿੱਲਾ ਕੱਢਿਆ ਹੋਇਆ ਉਹ ਵੇਖੋ ਤੇ ਅਸਲਾਮ ਅਲੈਕੁਮ ਗਾਇਸ ਫਿਰ ਮਿਲਤੇ ਅਗਲੇ ਵਲੌਗ ਮੇ ਤੋ ਮੈਂ ਪਲੀਜ਼ ਸਬਸਕ੍ਰਾਈਬ ਕੀਆ ਕਰੇ ਸਪੋਰਟ ਕੀਆ ਕਰੇ ਥੋੜੀ ਥੀ ਪਹਿਲਾ ਵਲੌਗ ਬਣਾਇਆ ਜੀ ਮਾਈ ਫਸਟ ਵਲੌਗ ਹੈ ਮਾੜਾ ਆਪਨੇ ਤੂੰ ਸਬਸਕ੍ਰਾਈਬ ਕਰਨਾ ਚੈਨਲ ਕੋ ਔਰ ਬਤਾਨਾ ਕਮੈਂਟ ਮੇ ਵੀਡੀਓ ਕੈਸੀ ਬਣੀ ਹੈ ਲਾਫਿਸ ਮਿਲਤੇ ਅਗਲੇ ਵਲੌਗ ਮੇ।